ਤਰ੍ਹਾਂ ਅੰਮ੍ਰਿਤਪਾਲ ਦੀ ਗੱਲ ਕਰਦੇ ਹਾਂ, ਉਹ ਕਿੱਦਾਂ ਹੋ ਸਕਦਾ? ਉਦੋਂ ਭਗਵੰਤ ਮਾਨ ਨੇ ਬਹੁਤ ਵਧੀਆ ਫੈਸਲਾ ਲਿਆ ਸਾਡੇ ਸੀ ਐੱਮ ਸਾਹਿਬ ਨੇ, ਅਤੇ ਉਹਨਾਂ ਨੂੰ ਜ਼ਰੂਰ ਰੋਕਣਾ ਚਾਹੀਦਾ ਇਹ ਸ਼ਕਤੀਆਂ ਨੂੰ, ਅਸੀਂ ਪੰਜਾਬ ਤੋੜਨਾ, ਦੇਸ਼ ਦੀ ਮੇਨ ਸਟ੍ਰੀਮ ਨਾਲੋਂ ਅਲੱਗ ਕਰਨਾ। ਕਿਉਂ ਫੈਸਲਾ ਲਿੱਤਾ ਗਿਆ ਕਿ ਅਕਾਲੀ ਦਲ ਦੇ ਨਾਲ ਨਹੀਂ ਜਾਣਾ? ਉਹ ਸਾਡੇ ਵਿਚਾਰਧਾਰਾ ਅਲੱਗ ਆ, ਉਹਨਾਂ ਦੇ ਵਿਚਾਰ ਅਲੱਗ। ਪੀਤ ਸਿਰਫ ਇਸੇ ਗੱਲ 'ਤੇ ਫਸਿਆ ਸੀਗਾ ਜਾਂ ਕੋਈ ਹੋਰ ਗੱਲ ਸੀਗਾ? ਕਿਉਂਕਿ ਪਹਿਲਾਂ ਤਾਂ ਸੁਨੀਲ ਜਾਖੜ, ਕੈਪਟਨ ਅਮਰਿੰਦਰ ਸਿੰਘ, ਪਰਨੀਤ ਕੌਰ, ਇਹ ਸਾਰੇ ਕਹਿ ਰਹੇ ਸੀ ਕਿ ਅਲਾਇੰਸ ਲੋਕਾਂ ਦੀਆਂ ਭਾਵਨਾਵਾਂ। ਦੇਖੋ, ਇਹ ਭਾਜਪਾ ਦੇ ਬਹੁਤ ਹਿੱਤ 'ਚ ਆ ਪੰਜਾਬ, ਜਿਹੜਾ ਗਠਬੰਧਨ ਨਹੀਂ ਹੋਇਆ। ਹਰਜੀਤ ਸਿੰਘ ਗਰੇਵਾਲ ਮੇਰੇ ਨਾਲ ਨੇ, ਗੱਲਬਾਤ ਕਰ ਲੈਂਦੇ। ਗਰੇਵਾਲ ਸਾਹਿਬ, ਕਿਉਂ ਫੈਸਲਾ ਲਿੱਤਾ ਗਿਆ ਕਿ ਅਕਾਲੀ ਦਲ ਦੇ ਨਾਲ ਨਹੀਂ ਜਾਣਾ? ਦੇਖੋ, ਸਾਡੇ ਵਿਚਾਰਧਾਰਾ ਅਲੱਗ ਆ, ਉਹਨਾਂ ਦੇ ਵਿਚਾਰ ਅਲੱਗ ਨੇ। ਅਸੀਂ ਪੂਰੇ ਦੇਸ਼ ਦਾ ਦੇਖਣਾ, ਪੰਜਾਬ ਦਾ ਵੀ ਦੇਖਣਾ, ਦੇਸ਼ ਦੇ ਹਿੱਤ 'ਚ ਪੰਜਾਬ ਦਾ ਹਿੱਤ। ਉਹ ਹੁਣ ਜਿਸ ਤਰ੍ਹਾਂ ਅੰਮ੍ਰਿਤਪਾਲ ਦੀ ਗੱਲ ਕਰਦੇ ਆ, ਉਹ ਕਿੱਦਾਂ ਹੋ ਸਕਦਾ? ਉਦੋਂ ਭਗਵੰਤ ਮਾਨ ਨੇ ਬਹੁਤ ਵਧੀਆ ਫੈਸਲਾ ਲਿਆ ਸਾਡੇ ਸੀ ਐੱਮ ਸਾਹਿਬ ਨੇ, ਅਤੇ ਉਹਨਾਂ ਨੂੰ ਜ਼ਰੂਰ ਰੋਕਣਾ ਚਾਹੀਦਾ ਇਹ ਸ਼ਕਤੀਆਂ ਨੂੰ, ਅਸੀਂ ਪੰਜਾਬ ਤੋੜਨਾ, ਦੇਸ਼ ਦੀ ਮੇਨ ਸਟ੍ਰੀਮ ਨਾਲੋਂ ਅਲੱਗ ਕਰਨਾ। ਤੁਸੀਂ ਕਹਿ ਰਹੇ ਹੋ ਅੰਮ੍ਰਿਤਪਾਲ ਜਾਂ ਬੰਦੀ ਸਿੰਘਾਂ ਦੇ ਮਸਲੇ ਦੇ ਉੱਤੇ ਬੀਜੇਪੀ ਦੇ ਲਾਈਨ ਕਲੀਅਰ ਹੈ ਕਿ ਨਾ ਤਾਂ ਬੰਦੀ ਸਿੰਘ ਛੱਡੇ ਜਾਣਗੇ ਔਰ ਨਾ ਹੀ ਅੰਮ੍ਰਿਤਪਾਲ ਦੇ ਉੱਤੇ ਜਿਹੜਾ ਜਾਣ ਦੀ ਗੱਲ ਨਹੀਂ। ਉਹ ਤੁਹਾਨੂੰ ਪਤਾ, ਬੰਦੀ ਸਿੰਘ ਚਾਰ ਹੀ ਹੈਗੇ ਨੇ ਜਿਹਨਾਂ ਦੀ ਗੱਲ ਕਰਦੇ ਆ ਉਹ, ਉਹਨਾਂ ਨੂੰ ਖੁਦ ਨੂੰ ਨਹੀਂ ਮੰਗਣ ਵਾਲਿਆਂ ਨੂੰ ਪਤਾ ਬਈ ਇਹ ਕਿੰਨੇ ਰਹਿ ਗਏ ਨੇ। ਉਹ ਵੀ ਕਾਨੂੰਨ ਸੰਮਤ ਹੀ ਹੋਏਗਾ ਨਾ ਸਾਰਾ। ਹੁਣ ਅਸੀਂ ਰਾਜੂਵਾਲੇ ਨੂੰ ਤੁਸੀਂ ਕਿਸ ਤਰ੍ਹਾਂ ਛੱਡਦੇ ਹੋ? ਉਹਨੂੰ ਫਾਂਸੀ ਦੀ ਸਜ਼ਾ, ਠੀਕ ਹੈ, ਔਰ ਫਾਂਸੀ ਦੀ ਸਜ਼ਾ ਉਮਰ ਕੈਦ 'ਚ ਤਬਦੀਲ ਹੋ ਕੇ ਆਊਗੀ, ਫਿਰ ਉਹ 'ਤੇ ਵਿਚਾਰ ਹੋਊਗਾ, ਉਸ ਤੋਂ ਪਹਿਲਾਂ ਤਾਂ ਹੋ ਹੀ ਨਹੀਂ ਸਕਦਾ। ਪੀਤ ਸਿਰਫ ਇਸੇ ਗੱਲ 'ਤੇ ਫਸਿਆ ਸੀਗਾ ਜਾਂ ਕੋਈ ਹੋਰ ਗੱਲ ਸੀਗਾ? ਕਿਉਂਕਿ ਪਹਿਲਾਂ ਤਾਂ ਸੁਨੀਲ ਜਾਖੜ, ਕੈਪਟਨ ਅਮਰਿੰਦਰ ਸਿੰਘ, ਪਰਨੀਤ ਕੌਰ, ਇਹ ਸਾਰੇ ਕਹਿ ਰਹੇ ਸੀ ਕਿ ਅਲਾਇੰਸ ਲੋਕਾਂ ਦੀਆਂ ਭਾਵਨਾਵਾਂ। ਦੇਖੋ, ਇਹ ਭਾਜਪਾ ਦੇ ਬਹੁਤ ਹਿੱਤ 'ਚ ਆ ਪੰਜਾਬ, ਜਿਹੜਾ ਗਠਬੰਧਨ ਨਹੀਂ ਹੋਇਆ, ਸਾਡੀ ਲੀਡਰਸ਼ਿਪ ਬਣ ਪਏਗੀ। ਔਰ ਸਾਡੇ ਵਰਕਰਾਂ ਨੂੰ ਜਿੰਨੇ ਤਸੀਹੇ ਦਿੱਤੇ ਜਾਂਦੇ ਸੀ, ਉਨੇ ਆਮ ਆਦਮੀ ਜਾਂ ਕਾਂਗਰਸ ਦੇ ਰਾਜ 'ਚ ਨਹੀਂ ਦਿੱਤੇ ਜਾਂਦੇ ਜਿੰਨੇ ਅਕਾਲੀ ਦਲ ਨਾਲ ਗਠਬੰਧਨ 'ਚ ਹੁੰਦੇ ਸੀ, ਠੀਕ ਹੈ। ਪਹਿਲੀ ਗੱਲ ਤਾਂ ਮੈਂ ਸੱਚੀ ਗੱਲ ਬੋਲਦਾ। ਦੂਜਾ, ਅਕਾਲੀ ਦਲ ਨੂੰ ਅਸੀਂ ਅੱਛਾ ਸੰਗਠਨ ਮੰਨਦੇ ਹਾਂ। ਅੱਜ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਯਾਦ ਆਉਂਦੀ ਹੈ ਕਿ ਉਹ ਹੁੰਦੇ ਤਾਂ ਇਹੋ ਜਿਹੇ ਫੈਸਲੇ ਨਾ ਹੁੰਦੇ, ਪੰਜਾਬ ਹਿੱਤ ਦੇ ਫੈਸਲੇ ਹੁੰਦੇ। ਅਤੇ ਮੈਂ ਇਹ ਸਮਝਦਾ ਕਿ ਸ਼੍ਰੋਮਣੀ ਅਕਾਲੀ ਦਲ ਹੁਣ ਲੀਡਰਾਂ ਤੋਂ ਬਿਨਾਂ ਹੋ ਗਈ। ਉਹ ਸੋਚ ਜਿਹੜੀ ਲੀਡਰਾਂ ਦੀ ਹੁੰਦੀ ਹੈ, ਜਿਵੇਂ ਗੁਰਚਰਨ ਸਿੰਘ ਟੌੜਾ ਜੀ ਦੀ ਸੀ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਸੀ, ਉਹ ਅਤੇ ਢੀਂਡਸਾ ਜੀ ਬਹੁਤ ਬਜ਼ੁਰਗ ਹੋ ਗਏ। 13 ਕੈਂਡੀਡੇਟ ਮਿਲ ਗਏ। ਚਰਚਾ ਤਾਂ ਇਹ ਵੀ ਹੈ ਕਿ ਪਾਰਟੀ ਤੁਹਾਡੇ 'ਤੇ ਵਿਚਾਰ ਕਰ ਰਹੀ ਕਿ ਸੰਗਰੂਰ ਤੋਂ ਹਰਜੀਤ ਗਰੇਵਾਲ ਨੂੰ ਚੋਣ ਲੜਾ ਦਿੱਤੀ ਜਾਵੇ। ਸੰਗਰੂਰ ਤਾਂ ਆਮ ਆਦਮੀ ਪਾਰਟੀ ਦੀ ਰਾਜਧਾਨੀ ਵੀ ਹੈ, ਬੜੀ ਟਫ ਸੀਟ ਹੈ, ਜੇ ਤੁਸੀਂ ਉੱਥੇ ਚੋਣ ਲੜਨ ਲਈ ਤਿਆਰ ਹੋ ਜੇ ਪਾਰਟੀ ਕਹਿੰਦੀ ਹੈ? ਮੈਨੂੰ ਪਾਰਟੀ ਕਹੋ, ਖੂਹ ਛਾਲ ਮਾਰਨੀ ਉਹ ਵੀ ਮਾਰਾਂਗੇ, ਉਹਦੀ ਗੱਲ ਨਹੀਂ ਹੈ। ਇਹ ਤਾਂ ਚੋਣ ਤਾਂ ਅਸੀਂ ਜਿੱਤਾਂਗੇ ਸੰਗਰੂਰ, ਇਹ ਵੀ ਤੁਹਾਨੂੰ ਦੱਸ ਰਿਹਾ, ਕੋਈ ਵੀ ਲੜੇ। ਅਜੇ ਤਾਂ ਫੈਸਲਾ ਸੈਂਟਰਲ ਪਾਰਲੀਮੈਂਟਰੀ ਬੋਰਡ ਨੇ ਕਰਨਾ। ਤੁਹਾਨੂੰ ਕਿਹਾ ਗਿਆ, ਸਟੇਟ ਲੀਡਰਸ਼ਿਪ ਵੱਲੋਂ ਵੀ ਕਿਹਾ ਗਿਆ ਜਾਂ ਕਿਸੇ ਵੱਲੋਂ? ਇਹ ਗੱਲਾਂ ਜਿਹੜੀਆਂ ਨੇ, ਜੇ ਮੈਨੂੰ ਕੁਛ ਕਿਹਾ ਵੀ ਗਿਆ ਤਾਂ ਮੈਂ ਨਹੀਂ ਕਹਿ ਸਕਦਾ, ਠੀਕ ਹੈ ਨਾ ਗੱਲ। ਅਤੇ ਮੈਂ ਉਸ ਖੁਦ ਚੁਣਾਵ ਸਮਿਤੀ ਦਾ ਮੈਂਬਰ ਹਾਂ, ਜਿਹਦੇ 'ਚ ਇਲੈਕਸ਼ਨ ਕਮੇਟੀ ਹੈ ਜਿਹੜੀ ਪੰਜਾਬ ਦੀ, ਅਤੇ ਇਸ ਕਰਕੇ ਮੈਂ ਇਹਨਾਂ ਗੱਲਾਂ 'ਤੇ ਨਹੀਂ ਬੋਲ ਸਕਦਾ। ਕੈਂਡੀਡੇਟ ਕੌਣ ਆਏਗਾ, ਜਿਹੜਾ ਵੀ ਆਏਗਾ ਉਹ ਇਸ ਕਦੋਂ ਤੱਕ ਆਜੇਗੀ? ਹੁਣ ਤੱਕ ਕੀ ਰਹਿ ਗਿਆ, 2 ਜਾਂ 3 ਦਿਨ 'ਚ ਆਜੇਗੀ, ਹੁਣ ਜ਼ਿਆਦਾ ਟਾਈਮ ਨਹੀਂ ਹੈ। ਅਤੇ ਇਹ ਤਾਂ ਇਸੇ ਕਰਕੇ ਹੀ ਜਿਹੜਾ ਇਹ ਗੱਲਬਾਤ ਚਲਾ ਰੱਖੀ ਸੀ ਇਹਨਾਂ ਨੇ, ਰੁਕਿਆ ਹੋਇਆ ਸੀ। ਪਰ ਫਿਰ ਵੀ ਅਸੀਂ ਦੂਸਰੀਆਂ ਪਾਰਟੀਆਂ ਨਾਲੋਂ ਅੱਜ ਵੀ ਅਕਾਲੀ ਦਲ ਦੇ ਨਜ਼ਦੀਕ ਹਾਂ। ਸ਼੍ਰੋਮਣੀ ਅਕਾਲੀ ਦਲ ਨਾਲ ਜੋ ਵੀ ਪੰਜਾਬ ਹਿੱਤ ਦੀ ਕਦੇ ਗੱਲ ਹੋਏਗੀ ਤਾਂ ਜ਼ਰੂਰ ਅਸੀਂ ਤਾਲਮੇਲ ਰੱਖਾਂਗੇ, ਦੂਜੀਆਂ ਪਾਰਟੀਆਂ ਨਾਲ ਵੀ ਰੱਖਾਂਗੇ। ਸਾਡਾ ਸਵਾਲ ਇਹ ਵੀ ਉੱਠਦਾ ਹੈ ਕਿ ਜਿਹੜਾ ਕਿਹਾ ਜਾ ਰਿਹਾ ਸੀ 9 ਮਾਂ ਦਾ ਰਿਸ਼ਤਾ ਦੁਬਾਰਾ ਬਣ ਜਾਏਗਾ, ਦੋਵਾਂ ਪਾਸੋਂ ਚਰਚਾਵਾਂ ਸੀਗੀਆਂ, ਇਹ ਹੁਣ 9 ਮਾਂ ਦਾ ਰਿਸ਼ਤਾ ਫਿਰ ਟੁੱਟ ਗਿਆ। ਸੀਟ ਸ਼ੇਅਰਿੰਗ ਦੀ ਵਜ੍ਹਾ ਵੀ ਸੀਗੀ ਕਿ ਉਹ ਤੁਸੀਂ ਜ਼ਿਆਦਾ ਸੀਟਾਂ ਮੰਗ ਰਹੇ ਸੀ, 7 ਤੋਂ 8 ਸੀਟਾਂ ਮੰਗ ਰਹੇ ਸੀ, ਜਾਂ ਜਲੰਧਰ, ਲੁਧਿਆਣਾ, ਪਟਿਆਲਾ ਮੰਗ ਰਹੇ ਸੀ, ਜਾਂ ਵਜ੍ਹਾ ਕੀ ਸੀਗੀ? ਮੇਰੀ ਗੱਲ ਸੁਣੋ,
ਅਸੀਂ ਪਹਿਲਾਂ ਵੀ ਪੰਜਾਬ ਦੇ ਹਿੱਤ 'ਚ, ਪੰਜਾਬ ਦੀ ਭਾਈਚਾਰਕ ਸਾਂਝ ਲਈ, ਪੰਜਾਬ ਦੇ ਵਿਕਾਸ ਲਈ, ਪੰਜਾਬ ਦੀ ਮਜ਼ਬੂਤੀ ਲਈ, ਪੰਜਾਬ ਦੇਸ਼ ਦੀ ਮੁੱਖ ਧਾਰਾ ਨਾਲ ਜੁੜਿਆ ਰਹੇ ਉਹਦੇ ਲਈ ਪਹਿਲਾਂ ਵੀ ਅਸੀਂ ਆਪਣੇ ਆਪ ਨੂੰ ਛੋਟਾ ਕੀਤਾ। 23 ਸੀਟਾਂ 'ਤੇ ਲੈ ਆਏ, 23 ਸੀਟਾਂ ਦਾ 3 ਸੀਟਾਂ ਦਾ ਕੋਈ ਸਮਝੌਤਾ ਹੁੰਦਾ, ਪਰ ਉਹਦੇ 'ਚ ਪੰਜਾਬ ਦਾ ਹਿੱਤ ਹੋਇਆ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਅਤੇ ਅਟਲ ਜੀ ਦੀ ਜੋੜੀ ਬਣੀ, ਜਿੱਥੇ ਸਿੱਖ ਇੱਕ ਬੱਸ ਚੜ੍ਹਦਾ ਸੀ ਇਹ ਸੋਚਿਆ ਜਾਂਦਾ ਸੀ ਕਿ ਹੁਣ ਅਸੀਂ ਸੁਰੱਖਿਅਤ ਹਾਂ, ਹੁਣ ਕੋਈ ਸਾਨੂੰ। ਲੇਕਿਨ ਅੱਜ ਦੇ ਮਾਹੌਲ ਦੀ ਗੱਲ ਕੀਤੀ ਜਾਵੇ, ਅੱਜ ਦੇ ਮਾਹੌਲ ਦਾ ਥੋੜ੍ਹਾ ਕਲੀਅਰ ਗੱਲ ਤਾਂ ਸੁਣ ਲਓ, ਅਤੇ ਅੱਜ ਦੇ ਮਾਹੌਲ ਦੀ ਗੱਲ ਕਰੂੰਗਾ। ਅਤੇ ਉਸ ਵੇਲੇ ਸਾਡਾ ਆਪਣੇ ਆਪ ਨੂੰ ਛੋਟਾ ਕਰਨਾ, ਉਹ ਭਾਈ ਉਹ ਸਾਂਝ ਬਣਨੀ, ਬਾਦਲ ਸਾਹਿਬ ਔਰ ਅਟਲ ਜੀ ਦੀ ਜੋੜੀ ਬਣਨੀ, ਸਿੱਖਾਂ ਦਾ ਮਾਨ ਅਤੇ ਸਨਮਾਨ ਪੂਰੇ ਦੇਸ਼ 'ਚ, ਦੁਨੀਆਂ 'ਚ ਦੁਬਾਰਾ ਬਹਾਲ ਹੋਇਆ, ਔਰ ਖਾਲਸਾ ਦਾ ਸਨਮਾਨ ਨਹੀਂ ਹੋਏਗਾ ਤਾਂ ਦੇਸ਼ ਸੁਰੱਖਿਅਤ ਨਹੀਂ ਹੋ ਸਕਦਾ। ਇਹ ਮੋਦੀ ਜੀ ਸਮਝਦੇ ਆ, ਸਰ ਅਸੀਂ ਵੀ ਸਮਝਦੇ ਹਾਂ, ਭਾਰਤੀ ਜਨਤਾ ਪਾਰਟੀ ਦੀ ਇਹੀ ਸੋਚ ਆ। ਇਸੇ ਲਈ ਅਸੀਂ ਬਿਨਾਂ ਮੰਗੇ ਕਾਲੀ ਸੂਚੀ ਖਤਮ ਕੀਤੀ, 36 ਸਾਲਾਂ ਤੋਂ ਲੋਕ ਘਰਾਂ 'ਚ ਆਏ। ਲੇਕਿਨ ਉਹ ਪੰਥਕ ਪਾਰਟੀ ਹੈ, ਪੰਥਕ ਪਾਰਟੀ ਫਿਰ ਕਿਵੇਂ ਹੋਏਗਾ? ਪੰਥਕ ਪਾਰਟੀ ਹੁਣ ਪਤਾ ਲੱਗ ਜਾਊ ਨਾ ਜੀ ਚੋਣਾਂ 'ਚ, ਅਸੀਂ ਉਹਦੇ ਖਿਲਾਫ਼ ਕੁਛ ਨਹੀਂ ਕਹਿਣਾ। ਚੋਣਾਂ 'ਚ ਲੋਕ ਸਾਨੂੰ ਚੁਣਦੇ ਆ ਜਾਂ ਉਹਨਾਂ ਨੂੰ ਚੁਣਦੇ ਆ, ਇਹ ਸਾਰਾ ਸਾਹਮਣੇ ਆਜੂਗਾ ਤੁਹਾਡੇ। ਇਸ ਕਰਕੇ ਉਹ ਕੋਈ ਚਿੰਤਾ ਨਾ ਕਰੋ ਤੁਸੀਂ, ਭਾਜਪਾ ਮਜ਼ਬੂਤ ਹੋ ਕੇ ਨਿਕਲੇਗੀ, 13 ਦੀਆਂ 13 ਸੀਟਾਂ 'ਤੇ ਮਜ਼ਬੂਤੀ ਨਾਲ ਲੜੇਗੀ, ਔਰ ਵੱਧ ਸੀਟਾਂ ਸਾਰੀਆਂ ਪਾਰਟੀਆਂ ਤੋਂ ਪੰਜਾਬ 'ਚ ਜਿੱਤੇਗੀ, ਇਹ ਤੁਹਾਨੂੰ ਅੱਜ ਕਹਿ ਰਹੇ ਹਾਂ।